ਅਕਾਲ ਨਮਸਕਾਰ ਅਸਲਾਮ ਅਲੈਕੁਮ ਅੱਜ ਦੀ ਇੱਕ ਸੱਜੀ ਸਵੇਰ ਲਾਹੌਰ 'ਚ ਅਤੇ ਅੱਜ ਅਸੀਂ ਤੁਹਾਨੂੰ ਖਾਵਾਂਗੇ ਲਾਹੌਰ ਦੀਆਂ ਰੌਣਕਾਂ। ਤੁਸੀਂ ਰਾਤ ਦੇ ਟਾਈਮ ਦਾ ਲਾਹੌਰ ਤਾਂ ਵੇਖ ਹੀ ਲਿਆ, ਹੁਣ ਟਾਈਮ ਹੈ ਦਿਨ ਦੇ ਟਾਈਮ ਦਾ ਲਾਹੌਰ ਵੇਖਣ ਦਾ। ਇਹ ਮੇਰੇ ਇਸ ਪਾਸੇ ਹੈਗਾ ਹੈ ਟਾਊਨ ਹਾਲ ਲਾਹੌਰ ਦਾ, ਜਿੱਥੇ ਤੁਸੀਂ ਵੇਖ ਸਕਦੇ ਹੋ ਕਿੰਨਾ ਪਿਆਰਾ ਆਰਕੀਟੈਕਟ ਹੈਗਾ ਹੈ। ਅਤੇ ਨਾਲ ਹੀ ਅੱਜ ਤੱਕ ਪਿਛਲੇ ਬ੍ਰਿਟਿਸ਼ ਟਾਈਮ ਤੋਂ ਇੱਥੇ ਇੱਕ ਫਾਈਟਰ ਜੈੱਟ ਐਜ਼ ਅ ਮੋਨੂਮੈਂਟ ਇਹਨਾਂ ਨੇ ਰੱਖਿਆ ਹੋਇਆ। ਮਾਲ ਰੋਡ ਕਹਿਲਾਉਂਦਾ ਹੈ ਇਹਨੂੰ, ਸ਼ਾਹਰਾਏ ਕਾਇਦੇ ਆਜ਼ਮ ਵੀ ਕਹੀਦਾ ਹੈ। ਅਤੇ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਪੰਗਿਆਂ ਦੀ ਤੋਪ ਵੱਲ। ਅਤੇ ਹੁਣ ਅਸੀਂ ਜਾ ਰਹੇ ਹਾਂ ਸ਼ਾਹਰਾ ਕ੍ਰੋਸ ਕਰਕੇ ਪੰਗਿਆਂ ਦੀ ਤੋਪ ਵੱਲ। ਅਤੇ ਤੁਸੀਂ ਵੇਖ ਸਕਦੇ ਹੋ ਗਵਰਨਮੈਂਟ ਆਫ ਪਾਕਿਸਤਾਨ ਨੇ ਇਸ ਸ਼ਾਹਰਾ ਨੂੰ ਕਿੰਨਾ ਖੂਬਸੂਰਤ ਬਣਾਇਆ ਹੋਇਆ ਹੈ। ਇਹ ਜੈਂਟਸ ਪਿਜਨ ਹਾਊਸ ਕਹੀਦਾ ਇਹਨੂੰ। ਅਤੇ ਇੱਥੇ ਬਹੁਤ ਸਾਰੇ ਪਿਜਨਸ ਅਤੇ ਬਰਡਸ ਆ ਕੇ ਰਾਤ ਨੂੰ ਇੱਥੇ ਰਹਿੰਦੇ ਨੇ, ਅਤੇ ਕਿੰਨਾ ਖੂਬਸੂਰਤ। ਇਹ ਤੁਸੀਂ ਹੁਣ ਵੇਖ ਸਕਦੇ ਹੋ ਇਹ ਲਾਹੌਰ ਆਰਕੀਟੈਕਟ ਦਾ ਕਿੰਨਾ ਵੱਡਾ ਮਿਸਾਲ, ਕਿੰਨੀ ਵੱਡੀ ਮਿਸਾਲ ਹੈਗੀ ਹੈ। ਕਿੰਨਾ ਖੂਬਸੂਰਤ ਹੈ ਬਰਡ ਹਾਊਸ, ਅਤੇ ਇਹ ਇੰਸਪਾਇਰ ਹੈ ਇਸਤਾਨਬੁਲ ਦੇ ਆਰਕੀਟੈਕਟ ਤੋਂ। ਅਤੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਟਾਊਨ ਹਾਲ ਹੈ, ਅਤੇ ਨਾਲ ਹੀ ਇੱਕ ਬਹੁਤ ਹੀ ਫੇਮਸ ਆਰਟ ਯੂਨੀਵਰਸਿਟੀ ਹੈ ਸਾਡੇ ਇੱਥੇ NCA, ਉਹ ਨਾਲ ਮਿਊਜ਼ੀਅਮ। ਇਹ ਤੁਸੀਂ ਸਾਹਮਣੇ ਵੇਖ ਸਕਦੇ ਹੋ ਪੰਗਿਆਂ ਦੀ ਤੋਪ। ਇਹ ਪੰਗਿਆਂ ਦੀ ਤੋਪ ਉਸ ਟਾਈਮ ਦੀ ਮਸ਼ਹੂਰ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਸੀ, ਉਹਨਾਂ ਦਾ ਰਾਜ ਸੀ ਲਾਹੌਰ 'ਤੇ। ਅਤੇ ਇਹ ਉਹਨੂੰ ਯਾਦ ਕਰਦੇ ਹੋਏ ਸਾਡੀ ਗਵਰਨਮੈਂਟ ਆਫ ਪਾਕਿਸਤਾਨ ਨੇ ਉਹਨੂੰ ਐਜ਼ ਅ ਮੋਨੂਮੈਂਟ ਉਸ ਟਾਈਮ ਦੀ ਤੋਪ ਨੂੰ ਇੱਥੇ ਰੱਖਿਆ ਹੈ, ਤਾਂ ਕਿ ਇਹ ਸ਼ਾਹਰਾ ਔਰ ਖੂਬਸੂਰਤ ਲੱਗੇ। ਅਤੇ ਤੁਸੀਂ ਵੇਖ ਸਕਦੇ ਹੋ ਲਾਹੌਰ 'ਚ ਕਰੋਨਾ ਦਾ ਕੋਈ ਡਰ ਨਹੀਂ ਹੈਗਾ, ਕਿੰਨੇ ਲੋਕ ਨੇ ਬਾਹਰ ਘੁੰਮ ਰਹੇ ਨੇ, ਫਿਰ ਰਹੇ ਨੇ, ਅਤੇ ਲੋਕ ਆਪਣੇ ਆਪਣੇ ਕੰਮਾਂ 'ਤੇ ਜਾ ਰਹੇ ਨੇ, ਸੈਰੋ ਤਫਰੀ ਕਰ ਰਹੇ ਨੇ, ਕੋਈ ਡਰ ਨਹੀਂ ਹੈਗਾ ਕਰੋਨਾ ਦਾ। ਗਵਰਨਮੈਂਟ ਆਫ ਪਾਕਿਸਤਾਨ ਨੇ ਕਰੋਨਾ ਨੂੰ ਕਿੰਨਾ ਕੰਟਰੋਲ ਕੀਤਾ ਹੋਇਆ। ਅਤੇ ਹੁਣ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਪੰਗਿਆਂ ਦੀ ਤੋਪ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਦੀ ਇੱਥੇ ਹੈਗੀ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਚ 40 ਸਾਲ ਰਾਜ ਕੀਤਾ ਸੀ, ਉਸ ਟਾਈਮ 'ਚ ਪੰਗਿਆਂ ਮਿਸਲ ਜਿਹੜੇ ਸਨ ਇਹ ਤੋਪ ਯੂਜ ਕਰਦੇ ਸਨ। ਅਤੇ ਗਵਰਨਮੈਂਟ ਆਫ ਪਾਕਿਸਤਾਨ ਨੇ ਇਹਨੂੰ ਐਜ਼ ਅ ਮੋਨੂਮੈਂਟ ਇੱਥੇ ਰੱਖਿਆ ਹੈ, ਤਾਂ ਕਿ ਸਾਡਾ ਲਾਹੌਰ ਔਰ ਖੂਬਸੂਰਤ ਲੱਗ ਸਕੇ। ਜਿਵੇਂ ਤੁਹਾਨੂੰ ਹੁਣੇ ਹੀ ਦੱਸਿਆ ਕਿ ਇਸ ਵੇਲੇ ਅਸੀਂ ਮੌਜੂਦ ਹਾਂ ਸ਼ਾਹਰਾਏ ਕਾਇਦੇ ਆਜ਼ਮ 'ਤੇ, ਜਿਹਨੂੰ ਲਾਹੌਰ ਦੀ ਸਭ ਤੋਂ ਵੱਡੀ ਸ਼ਾਹਰਾਹ ਵੀ ਕਹੀਦਾ ਹੈ, ਨਾਲ ਹੀ ਮਾਲ ਰੋਡ ਵੀ ਕਹੀਦਾ ਹੈ। ਅਤੇ ਇਸ ਪਾਸੇ ਮੇਰੇ ਅਜਾਇਬ ਘਰ ਮਿਊਜ਼ੀਅਮ, ਇੱਥੇ ਰਾਜਾ ਰਣਜੀਤ ਸਿੰਘ ਤੋਂ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਹਾਲੇ ਤੱਕ ਪਈਆਂ ਨੇ। ਅਤੇ ਤੁਸੀਂ ਵੇਖ ਸਕਦੇ ਹੋ ਇਹਦਾ ਆਰਕੀਟੈਕਟ, ਇਹ ਸ਼ਾਹਰਾ ਅਤੇ ਜਿੰਨੀ ਵੀ ਵੱਡੀ ਬਿਲਡਿੰਗ ਨੇ ਜਿਵੇਂ ਕਿ ਹਾਈ ਕੋਰਟ, GPO, ਮਿਊਜ਼ੀਅਮ, ਟਾਊਨ ਹਾਲ, ਇਹ ਸਾਰਿਆਂ ਦੇ ਵਿੱਚ ਤੁਸੀਂ ਹਾਲੇ ਤੱਕ ਬ੍ਰਿਟਿਸ਼ ਆਰਕੀਟੈਕਟ ਵੇਖ ਸਕਦੇ ਹੋ, ਕਿਉਂਕਿ ਉਸ ਦੌਰ 'ਚ ਬਣਾਈਆਂ ਗਈਆਂ ਸਨ। ਵੱਖਰੇ ਵੱਖਰੇ ਸ਼ਹਿਰ ਨੇ ਹਰ ਸ਼ਹਿਰ ਦੀ ਆਪਣੀ ਟੌਰ, ਕਦੀ ਆਓ ਸਾਡੇ ਸ਼ਹਿਰ 'ਚ, ਤੁਹਾਨੂੰ ਵਿਖਾਈਏ ਅਸੀਂ ਲਾਹੌਰ। ਅਤੇ ਹੁਣ ਆਓ ਅਸੀਂ ਤੁਹਾਨੂੰ ਲਾਹੌਰ ਦੀਆਂ ਰੌਣਕਾਂ ਅਨਾਰਕਲੀ ਦੀ ਪੁਰਾਣੀ ਫੂਡ ਸਟ੍ਰੀਟ 'ਚ ਵਿਖਾਉਂਦੇ ਹਾਂ। ਜਿਵੇਂ ਅਸੀਂ ਤੁਹਾਨੂੰ ਫੂਡ ਸਟ੍ਰੀਟ ਅਨਾਰਕਲੀ ਫੂਡ ਸਟ੍ਰੀਟ 'ਚ ਲੈ ਕੇ ਆਏ ਹਾਂ, ਅਤੇ ਤੁਸੀਂ ਵੇਖ ਸਕਦੇ ਹੋ ਇੱਥੇ ਫੂਡ ਦੀ ਕਿੰਨੀ ਵਰਾਇਟੀ ਹੈ। ਅਤੇ ਤੁਹਾਡਾ ਦਾਲ ਚਾਲ ਖਾਣ ਨੂੰ ਦਿਲ ਹੈ ਤਾਂ ਤੁਹਾਨੂੰ ਦਾਲ ਚਾਲ ਮਿਲ ਜਾਣਗੇ, ਪੂਰੀਆਂ ਅਤੇ ਪੂਰੀਆਂ ਤੁਹਾਨੂੰ ਹਰ ਉਹ ਚੀਜ਼ ਮਿਲੇਗੀ ਜਿਹੜਾ ਤੁਸੀਂ ਖਾਣਾ ਚਾਹੁੰਦੇ ਹੋ। ਅਤੇ ਤੁਸੀਂ ਵੇਖ ਸਕਦੇ ਹੋ ਲੱਸੀ, ਅਤੇ ਤੁਸੀਂ ਇੱਥੇ ਵੇਖ ਸਕਦੇ ਹੋ ਤੁਹਾਨੂੰ ਸਵੇਰੇ ਚੰਗੀ ਸੌਖੀ ਜੀ ਲੱਸੀ ਵੀ ਮਿਲੇਗੀ। ਅਤੇ ਹਾਈਜੀਨ ਦਾ ਫੁੱਲ ਧਿਆਨ, ਹਰ ਚੀਜ਼ ਦਾ ਫੁੱਲ ਧਿਆਨ, ਸਾਨੂੰ ਸਵੇਰੇ ਠੰਡੀ ਮਜ਼ੇਦਾਰ ਨਾਸ਼ਤੇ 'ਚ ਲੱਸੀ, ਨਾਲ ਹੀ ਤੁਸੀਂ ਵੇਖ ਸਕਦੇ ਹੋ ਦੁੱਧ ਵੀ ਕਾੜਿਆ, ਜੇ ਤੁਹਾਡਾ ਸਵੇਰ ਨਾਸ਼ਤੇ ਨੂੰ ਦੁੱਧ ਜਲੇਬੀ ਖਾਣ ਦਾ ਵੀ ਦਿਲ ਹੈ ਤਾਂ ਤੁਹਾਨੂੰ ਦੁੱਧ ਜਲੇਬੀ ਵੀ ਮਿਲੇਗੀ। ਬਟ ਇੱਥੇ ਇਹ ਹੁਣ ਇਸ ਵੇਲੇ ਖੀਰ ਬਣਾਈ ਜਾ ਰਹੀ ਹੈ, ਅਤੇ ਰਾਤ ਨੂੰ ਦੁਪਹਿਰ ਨੂੰ ਕਦੀ ਵੀ ਤੁਸੀਂ ਇੱਥੇ ਆ ਕੇ ਖੀਰ ਖਾ ਸਕਦੇ ਹੋ, ਦੁੱਧ ਜਲੇਬੀ ਖਾ ਸਕਦੇ ਹੋ। ਅਤੇ ਹੁਣ ਵੇਖੋ ਅਨਾਰਕਲੀ ਬਾਜ਼ਾਰ ਦੀਆਂ ਰੌਣਕਾਂ, ਅਤੇ ਹੁਣ ਅਸੀਂ ਆਏ ਹਾਂ ਇੱਥੇ ਬਹੁਤ ਹੀ ਮਸ਼ਹੂਰ ਪੂੜੀ ਵਾਲੀ ਸ਼ੋਪ 'ਤੇ। ਅਤੇ ਤੁਹਾਨੂੰ ਨਈ ਫਰੈਸ਼ ਅਤੇ ਬਿਲਕੁਲ ਤਾਜ਼ੀ ਪੂੜੀ
ਤੁਹਾਡੇ ਲਈ ਹਾਜ਼ਰ ਹੈ। ਤੁਸੀਂ ਇੱਥੇ ਆਓ, ਪੂੜੀ ਖਾਓ, ਫਰੈਸ਼ ਬਿਲਕੁਲ ਨਾਸ਼ਤਾ, ਅਤੇ ਸਿਰਫ ਪੂੜੀ ਨਹੀਂ, ਤੁਹਾਨੂੰ ਸਮੋਸੇ ਖਾਣੇ ਨੇ, ਕਚੋਰੀ ਖਾਣੀ ਹੈ ਅਤੇ ਤੁਹਾਨੂੰ ਸਮੋਸੇ ਅਤੇ ਕਚੋਰੀਆਂ ਵੀ ਮਿਲ ਸਕਦੀਆਂ ਨੇ। ਅਤੇ ਇਹ ਵੇਖੋ, ਹੁਣ ਇਹ ਤੁਹਾਨੂੰ ਫਰੈਸ਼ ਫਰੈਸ਼ ਸਮੋਸਾ ਤਲ ਕੇ ਵਿਖਾਉਣਗੇ। ਅਤੇ ਆਓ ਹੁਣ ਤੁਹਾਨੂੰ ਵਿਖਾਉਂਦੇ ਹਾਂ ਲਾਹੌਰ ਦੀ ਮਸ਼ਹੂਰ ਤਰੀਨ ਮਿਠਾਈ ਵਾਲੀ ਸ਼ੌਪ 'ਤੇ, ਜਿੱਦੋਂ ਕਨੇਡਾ ਤੋਂ ਵੀ ਫਰਮਾਇਸ਼ਾਂ ਆਉਂਦੀਆਂ ਨੇ ਕਿ ਆਉਂਦੇ ਹੋਏ ਇਹ ਵਾਲੀ ਮਿਠਾਈ ਜ਼ਰੂਰ ਲੈ ਕੇ ਆਉਣਾ। ਤੁਸੀਂ ਇਹਨਾਂ ਦੀ ਪੈਕਿੰਗ ਚੈੱਕ ਕਰ ਸਕਦੇ ਹੋ, ਹਰ ਇਵੈਂਟ ਦੇ ਰਿਲੇਟਡ ਪੈਕਿੰਗ ਹੈਗੀ ਹੈ, ਵਿਆਹ, ਬਰਥਡੇ, ਇਫ ਯੂ ਹੈਵ ਅ ਬੇਬੀ ਗਰਲ, ਇਫ ਯੂ ਹੈਵ ਅ ਬੇਬੀ ਬੋਏ, ਔਰ ਵਿਆਹ ਐਪਰੀਸੀਏਸ਼ਨ ਐਵਰੀ। ਅਤੇ ਇਹ ਤੁਹਾਨੂੰ ਦੱਸਦੇ ਚੱਲਾਂ, ਇਸ ਸ਼ੌਪ ਦਾ ਨਾਂ ਹੈ ਮਿਠਾਸ। ਮਿਠਾਸ ਖਾਓ ਅਤੇ ਤੁਹਾਡੀ ਜ਼ਿੰਦਗੀ 'ਚ ਵੀ ਮਿਠਾਸ ਆਏ। ਇਹਨਾਂ ਦੇ ਕੋਲ ਵਰਾਇਟੀ ਚੈੱਕ ਕਰੋ, ਕਿੰਨੀ ਜ਼ਿਆਦਾ ਵਰਾਇਟੀ ਹੈ ਸਵੀਟ ਦੀ, ਮਿਠਾਈ ਦੀ। ਲਾਹੌਰ ਲਾਹੌਰ।